ਦਿੱਲੀ ਤੋਂ ਸੋਨਾ ਲੈ ਕੇ ਆ ਰਹੇ ਸੁਨਿਆਰ ਤੇ ਹੋਇਆ ਹਮਲਾ। ਪਹਿਲਾਂ ਕੀਤਾ ਅਗਵਾ ਤੇ ਫਿਰ ਸੋਨਾ ਲੁੱਟ ਕੇ ਸੁਨਿਆਰ ਨੂੰ ਛੱਡ ਗਏ ਰਸਤੇ 'ਚ। ਤਾਂ ਦੱਸ ਦਈਏ ਕਿ ਰਾਹ ਦੇ ਸਮੇਂ ਦਿੱਲੀ ਤੋਂ ਸੋਨਾ ਲੈ ਕੇ ਆ ਰਹੇ ਇੱਕ ਸੁਨਿਆਰ ਨੂੰ ਪਹਿਲਾਂ ਕਿਡਨੈਪ ਕੀਤਾ ਜਾਂਦਾ, ਜਿਸ ਤੋਂ ਬਾਅਦ ਉਸ ਤੋਂ ਸੋਨਾ ਲੁੱਟਿਆ ਜਾਂਦਾ ਹੈ ਤੇ ਫਿਰ ਇਸ ਸੁਨਿਆਰ ਨੂੰ ਰਸਤੇ ਦੇ ਵਿੱਚ ਛੱਡ ਕੇ ਇਹ ਲੁਟੇਰੇ ਫਰਾਰ ਹੋ ਜਾਂਦੇ ਨੇ। ਤਾਂ ਦੱਸਦੇ ਕਿ ਪੂਰਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ। ਤਾਂ ਇਸ ਸੰਬੰਧੀ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਸਨੀ ਦੇ ਭਰਾ ਦੀਪਕ ਨੇ ਦੱਸਿਆ ਕਿ ਅੱਜ ਸਵੇਰੇ ਦਿੱਲੀ ਤੋਂ ਗੰਗਾ ਨਗਰ ਆਉਣ ਵਾਲੀ ਸਰਾਏ ਰੋਲਾ ਗੱਡੀ ਜਦ ਅਬੋਹਰ ਸਟੇਸ਼ਨ ਤੇ ਰੁਕਦੀ ਹੈ ਤਾਂ ਉਸਦਾ ਭਰਾ ਸਿੱਧਾ ਆਪਣੇ ਘਰ ਆ ਜਾਂਦਾ, ਜਦਕਿ ਸੁਨਿਆਰ ਹੁੰਦਾ ਉਹ ਈ ਰਿਕਸ਼ਾ ਦੇ ਰਾਹੀਂ ਸਿੱਧਾ ਆਪਣੀ ਦੁਕਾਨ ਦੇ ਵੱਲ ਜਾਂਦਾ। ਪਰ ਰਸਤੇ ਦੇ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਆਉਂਦੀ ਹੈ ਤੇ ਆਟੋ ਰਿਕਸ਼ਾ ਨੂੰ ਰੋਕਦੀ ਹੈ, ਜਿਸ ਤੋਂ ਬਾਅਦ ਉਸ ਵਿੱਚੋਂ ਕੁਝ ਨੌਜਵਾਨ ਨਿਕਲਦੇ ਨੇ ਜੋ ਕਿ ਪਿਸਟਲ ਦਿਖਾ ਕੇ ਉਸ ਨੂੰ ਕਿਡਨੈਪ ਕਰਕੇ ਆਪਣੇ ਨਾਲ ਲੈ ਜਾਂਦੇ ਨੇ ਤੇ ਫਿਰ ਉਸ ਤੋਂ ਸੋਨਾ ਲੁੱਟ ਕੇ ਉਸ ਨੂੰ ਰਸਤੇ ਦੇ ਵਿੱਚ ਛੱਡ ਕੇ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਸੁਨਿਆਰ ਨੇ ਇਸ ਦੀ ਜਾਣਕਾਰੀ ਸਨੀ ਨੂੰ ਦਿੱਤੀ ਜੋ ਕਿ ਮੌਕੇ ਤੇ ਪਹੁੰਚਦਾ ਤੇ ਇਸ ਸੰਬੰਧੀ ਜਾਣਕਾਰੀ ਫਿਰ ਪੁਲਿਸ ਨੂੰ ਦਿੱਤੀ ਜਾਂਦੀ ਹੈ। ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਜਾਂਚ ਸ਼ੁਰੂ ਕਰ ਦਿੰਦੀ ਹੈ, ਜਿਸ ਤੋਂ ਬਾਅਦ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਸੁਨਿਆਰ ਨੂੰ ਬਿਨਾਂ ਕਿਸੇ ਕੁੱਟਮਾਰ ਤੋਂ ਸੋਨਾ ਲੁੱਟ ਕੇ ਉਸ ਨੂੰ ਛੱਡਣ ਦਾ ਮਾਮਲੇ ਤੇ ਪੁਲਿਸ ਨੂੰ ਸ਼ੱਕ ਵੀ ਜ਼ਾਹਿਰ ਹੁੰਦਾ ਹੈ। ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਅਸਲ ਦੇ ਵਿੱਚ ਲੁੱਟ ਹੈ ਵੀ ਜਾਂ ਨਹੀਂ, ਜਾਂ ਫਿਰ ਇਹ ਇੱਕ ਸਾਜ਼ਿਸ਼ ਹੈ ਜੋ ਕਿ ਜਾਂਚ ਤੋਂ ਬਾਅਦ ਹੀ ਸਾਫ਼ ਹੋ ਪਾਏਗਾ। ਪਿਓਰ ਗੋਲਡ ਦਾ ਕੰਮ ਕਰਦਾ ਹੈ। ਦਿੱਲੀ ਸਮਾਨ ਲੈ ਕੇ ਆ ਰਿਹਾ ਸੀ ਅਤੇ ਟ੍ਰੇਨ ਤੋਂ ਉਤਰਿਆ, ਈ ਰਿਕਸ਼ਾ ਨੇ ਪਕੜੀ ਹੈ ਜਿਵੇਂ ਰੂਟੀਨ ਹੋਣੀ ਇਹਦੀ ਕੰਮ ਦੀ, ਅਤੇ ਪਿੱਛੇ ਦੇ ਮਗਰ ਪਿੱਛਾ ਕਰ ਰਹੇ ਸੀ, ਤਿੰਨ ਬੰਦੇ ਮਤਲਬ ਸੁਣੇ ਗਏ ਨੇ, ਉਹਨਾਂ ਨੂੰ ਮਤਲਬ ਪਿਸਤੌਲ ਦੀ ਨੋਕ 'ਤੇ ਉਹਨੂੰ ਲੈ ਕੇ ਗਏ ਨੇ, ਲੁੱਟ ਖਸੁੱਟ ਕੀਤੀ ਹੈ ਅਤੇ ਬਾਕੀ ਹੁਣ ਪੁੱਛਗਿੱਛ ਕਰ ਰਹੇ ਨੇ ਪੁਲਿਸ। ਬਹੁਤ ਮਾੜਾ ਕੰਮ ਹੋਇਆ, ਮਤਲਬ ਅਸੀਂ ਵਾਰ ਵਾਰ ਮਤਲਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਮਤਲਬ ਇਸ ਬਾਰੇ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਸਾਡੀ ਸੇਫਟੀ ਕੀਤੀ ਜਾਵੇ। 9 ਨੰਬਰ ਬਾਜ਼ਾਰ ਦੇ ਵਿੱਚ ਭਰੇ ਬਾਜ਼ਾਰ ਦੇ ਦਿਨ ਦਿਹਾੜੇ ਮਤਲਬ ਇਸ ਤਰ੍ਹਾਂ ਦਾ ਆਇਆ ਸੀ, ਉਹਨੂੰ ਅਸੀਂ ਮੌਕੇ 'ਤੇ ਪਕੜ ਕੇ ਮਤਲਬ ਇੱਥੇ ਹੀ ਥਾਣੇ ਦੇ ਵਿੱਚ ਦੇ ਕੇ ਗਏ ਸੀ। ਇਹ ਵੱਡੀ ਘਟਨਾ ਆਪਾਂ ਗਿਣੀ ਜਾਏਗੀ, ਮਤਲਬ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਕੋਈ ਕਿਲੋ ਕਹਿ ਰਿਹਾ, ਕੋਈ 1.5 ਕਿਲੋ ਕਹਿ ਰਿਹਾ, ਕੋਈ 1/2 ਕਿਲੋ ਕਹਿ ਰਿਹਾ ਵੀ ਹੈ ਕਿੰਨਾ ਸੋਨਾ, ਲੇਕਿਨ ਜੋ ਵੀ ਹੋਇਆ ਬਹੁਤ ਮਾੜਾ ਕੰਮ ਹੋਇਆ। ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ ਮਤਲਬ ਪੂਰੀ ਤਰ੍ਹਾਂ ਇਸ ਚੀਜ਼ ਨੂੰ ਮਤਲਬ ਮੁਸਤੈਦੀ ਨਾਲ ਧਿਆਨ ਰੱਖ ਕੇ ਕੇਸ ਨੂੰ ਹੱਲ ਕਰਨਾ ਚਾਹੀਦਾ। ਇਹ ਦਿੱਲੀ ਤੋਂ ਆ ਰਹੇ ਸੀ, ਅਕਸਰ ਹੀ ਜਾਂਦੇ ਰਹਿੰਦੇ ਇਕੱਠੇ, ਸੰਨੀ ਨਾਮੇ ਬ੍ਰਦਰ ਦਾ, ਅਤੇ ਅਕਸਰ ਜਾਂਦੇ ਰਹਿੰਦੇ ਇਕੱਠੇ ਉੱਥੋਂ, ਮਤਲਬ ਗੋਲਡ ਦਾ ਕੰਮ ਹੈ ਅੰਨੇ ਦਾ, ਜਿਵੇਂ ਸੰਨੀ ਦੇ ਕੋਲ ਜੋਬ ਕਰਦਾ, ਠੀਕ ਹੈ ਜੀ, ਅਤੇ ਅਕਸਰ ਆਉਂਦੇ ਜਾਂਦੇ ਰਹਿੰਦੇ ਇਕੱਠੇ, ਅਤੇ ਬਸ ਅੱਜ ਵੀ ਸਵੇਰੇ ਸਰਾਏ ਰੋਲਾ ਤੋਂ ਦਿੱਲੀ ਤੋਂ ਆਏ ਆ। ਸਰਾਏ ਰੋਲਾ ਤੋਂ ਮੇਰਾ ਬ੍ਰਦਰ ਇੱਧਰ ਨਈ ਬੱਧੀ ਰਹਿੰਦਾ, ਅਤੇ ਨਈ ਬੱਧੀ ਤੋਂ ਪਰਲੇ ਪਾਸੇ ਉੱਤਰ ਗਿਆ ਜੀ, ਅਤੇ ਇਹ ਇੱਧਰ ਬਾਜ਼ਾਰ ਮੰਡੀ ਸਾਈਡ ਰਹਿੰਦਾ, ਮੰਡੀ ਵਾਲੇ ਪਾਸੇ ਬਾਜ਼ਾਰ, ਇੱਥੇ ਬਾਜ਼ਾਰ ਤੋਂ ਉੱਤਰ ਗਿਆ ਜੀ। ਉਸ ਤੋਂ ਬਾਅਦ ਸੰਨੀ ਆਇਆ ਘਰ, ਆ ਕੇ ਜੀ ਉਹਨੇ ਚਾਹ ਚੁੱਪੀ ਕੇ ਥੱਕਿਆ ਹੋਇਆ ਸੀ, ਆ ਕੇ ਕਹਿੰਦਾ ਮੈਂ ਥੋੜ੍ਹੀ ਦੇਰ ਸੁਣਨਾ ਫਿਰ ਜਾਵਾਂਗਾ ਕੰਮ 'ਤੇ, ਅਤੇ ਥੋੜ੍ਹੀ ਦੇਰ ਬਾਅਦ ਅੰਨੇ ਦਾ ਫੋਨ ਆ ਗਿਆ ਜੀ, ਕਹਿੰਦਾ ਵੀ ਇਸ ਤਰ੍ਹਾਂ ਆਹ ਕਾਂਡ ਹੋ ਗਿਆ ਜੀ, ਕਹਿੰਦਾ ਮੇਰੇ ਨਾਲ ਵੀ ਮੈਨੂੰ ਮੁੰਡੇ ਚੱਕ ਕੇ ਲੈ ਗਏ ਸੀਗੇ, ਅਤੇ ਅਸੀਂ ਵਗੈਰਾ, ਅਸੀਂ ਪੁੱਛਿਆ ਵੀ ਉਹਨੂੰ ਕਿ ਕੌਣ ਸੀ ਕਿਵੇਂ ਸੀ, ਕਹਿੰਦਾ ਕੁਛ ਪਤਾ ਲੱਗਿਆ, ਅਤੇ ਅਸੀਂ ਪੁੱਛਿਆ ਕਿ ਬੋਲੀ ਵਗੈਰਾ ਕਿੱਦਾਂ ਸੀ ਉਹਨਾਂ ਦੀ, ਅਤੇ ਕਹਿੰਦਾ ਕਿ ਮੁਸਲਮਾਨ ਟਾਈਪ ਲੱਗਦੇ ਸੀ, ਇਸ ਤਰ੍ਹਾਂ ਦਾ ਕੋਈ ਸੀਨ ਦੱਸਿਆ ਉਹਨੇ, ਅਤੇ ਜ਼ਿਆਦਾ ਕੋਈ ਗੱਲ ਹੋਈ ਨਹੀਂ। ਅਸੀਂ ਕਿਹਾ ਵੀ ਚਲੋ ਤੂੰ ਜਦੋਂ ਉੱਥੇ ਆ ਜਾਵੇ ਮੰਡੀ ਪਹੁੰਚ ਜਾਵੇ ਸਾਨੂੰ ਫੋਨ ਕਰਦੇ, ਅਸੀਂ ਮੌਕੇ 'ਤੇ ਪਹੁੰਚ ਜਾਵਾਂਗੇ। ਹੁਣ ਕੁਛ ਨਹੀਂ ਕਹਿ ਸਕਦੇ ਜੀ, ਸੋਨਾ ਕਿੰਨਾ ਸੀ, 1/2 ਕਿਲੋ ਵਪਾਰ ਹੈ ਸੋਨੇ ਦਾ, ਕਿੰਨਾ ਵੀ ਹੋ ਸਕਦਾ ਜੀ ਅਪਰੋਕਸੀਮੇਟਲੀ, ਮਤਲਬ ਜੇ ਦਿੱਲੀਓਂ ਲੈ ਕੇ ਆ ਰਹੇ ਹਾਂ ਤਾਂ ਮੰਨ ਕੇ ਚਲੋ ਵੀ ਥੋੜ੍ਹਾ ਮੋਟਾ ਸੋਨਾ ਤਾਂ ਹੋਣਾ ਨਹੀਂ ਹੈ ਸਰ, ਠੀਕ ਹੈ। ਸੋ ਲੁੱਟ, ਬਾਕੀ ਜੋ ਹੋਇਆ ਸਰ ਬਹੁਤ ਬੁਰਾ ਆਇਆ, ਹੁਣ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ। ਉਮੀਦ ਹੈ ਪ੍ਰਸ਼ਾਸਨ ਜਿਹੜਾ ਹੈ ਅਸੀਂ ਇਨਸਾਫ਼ ਕਰਾਂਗੇ, ਵੀ ਇਨਸਾਫ਼ ਮਿਲੇ ਬੰਦੇ ਨੂੰ ਮਿਲੇ, ਅਤੇ ਸਾਡੇ ਬ੍ਰਦਰ ਨੂੰ ਵੀ ਮਤਲਬ ਇਨਸਾਫ਼ ਮਿਲੇ ਅਤੇ ਰਾਹਤ ਮਿਲੇ ਇਸ ਕੇਸ ਤੋਂ, ਪੁਲਿਸ ਨੂੰ ਵੀ ਤਾਂ ਸਾਨੂੰ। ਅੱਗੇ ਪਹਿਲੇ ਅੰਨਾ ਬੋਲ ਰਿਹਾ ਤਾ ਕਿ ਗਾੜੀ ਉਹ ਅੱਗੇ ਖੜੀ ਸੀ ਉੱਧਰ, ਜੈਸੇ ਕਿ ਮੈਂ ਰਿਕਸ਼ਾ ਮੈਂ ਬੈਠ ਗਿਆ ਨਾ, ਉਹ ਗਾੜੀ ਚਲ ਗਈ, ਫਿਰ ਰਿਕਸ਼ਾ ਅੱਗੇ ਚਲਤਾ ਗਿਆ, ਫਿਰ ਉਹ ਆ ਗਏ ਨਾ, ਫਿਰ
रिक्शा के सामने लगा दी गाड़ी उन्होंने, फिर रिक्शा में से निकाल के उनको, फिर वो गाड़ी और कुछ था वो मारने का सिर में कापा वो था, मेरे को इतना पता नहीं, मैं तो बाहर रहता हूँ ऐसे। अच्छा, बाहर मैं अभी आया था, वो बोल रहे थे एक किलो की कुछ है। ਸੁਨਹਿਰੇ ਨਾਲ ਲੁੱਟ ਖੋਣੀ ਹੈ, ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਸੁਬਾਹ ਵੀ ਜਿਹੜਾ ਹੈਗਾ ਫੋਰਸਫੁਲੀ ਕਿਸੇ ਬੰਦੇ ਨੂੰ ਜਿਹੜਾ ਹੈਗਾ ਗੱਡੀ 'ਚ ਬਿਠਾ ਕੇ ਲੈ ਕੇ ਗਏ ਆ, ਉਹਦੀ ਅਸੀਂ ਜਿਹੜਾ ਹੈਗਾ ਫਰਦਰ ਵੈਰੀਫਿਕੇਸ਼ਨ ਕੀਤੀ ਹੈ ਕਿ ਜਿਹੜਾ ਹੈਗਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ, ਬਾਕੀ ਇਨਵੈਸਟੀਗੇਸ਼ਨ ਜਾਰੀ ਆ ਵੀ ਕੀ ਚੱਲ ਰਿਹਾ ਕੀ ਨਹੀਂ। ਇਨਵੈਸਟੀਗੇਸ਼ਨ ਜਾਰੀ ਹੈ ਜੀ ਅੱਗੇ, ਬਾਕੀ ਜਲਦੀ ਜਿਹੜਾ ਹੈਗਾ ਹੋਪਫੁਲ ਜਿਹੜਾ ਹੈਗਾ ਪਤਾ ਲੱਗੂਗਾ ਵੀ ਕੀ।